ਕਦੀ 10/4/1960 10/4/1960 ਜਨਮ ਦਾ ਟਾਈਮ ਵੀਰ ਜੀ 4:15 ਸ਼ਾਮ ਦੇ ਸਵੇਰ ਦੇ ਸਵੇਰ ਦੇ ਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜੀ ਮੇਰੇ ਫਾਦਰ ਸਾਹਿਬ ਜਿਹੜਾ ਵਾ ਇਹਨਾਂ ਦਾ ਕੰਮ ਨਹੀਂ ਠੀਕ ਚੱਲਦਾ ਪਿਆ ਜੀ ਉਰੇ ਕਿਹੜੀ ਇਹ ਵੀ ਇੱਥੇ ਹੀ ਹੈ ਹਾਂਜੀ ਹਾਂਜੀ ਉਹ ਵੀ ਦੁਬਈ ਚ ਹੈ ਜੀ ਇੱਕ ਤਾਂ ਕੋਈ ਸੁਖਣਾ ਨਹੀਂ ਸੁਖਣੀ ਠੀਕ ਹੈ ਜੀ ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਣਾ ਜੀ ਚਾਵਲ ਪਾਣੀ ਚ ਜਲ ਪ੍ਰਵਾਹ ਕਰਨੇ ਸੋਮਵਾਰ ਵਾਲੇ ਦਿਨ ਤੁਹਾਡੇ ਘਰਦਿਆਂ ਨੂੰ ਇੰਡੀਆ ਫੋਨ ਕਰਕੇ ਕਹਿ ਦੇਣਾ ਸੋਮਵਾਰ ਨੂੰ ਠੀਕ ਹੈ ਜੀ ਤੇ ਇੱਕ ਇਹਨਾਂ ਨੇ ਮੇਰੀ ਗੱਲ ਚੰਗੀ 2014 ਦੇ ਅਪ੍ਰੈਲ ਤੋਂ ਬਾਅਦ ਤੁਹਾਡਾ ਜਿਹੜਾ ਕੰਮ ਖਰਾਬ ਹੋਇਆ ਇਹਨਾਂ ਦਾ ਸਿਹਤ ਵੀ ਜ਼ਿਆਦਾ ਅੱਛੀ ਨਹੀਂ ਹੈਗੀ ਤੇ ਜਿਹੜੀ ਰਹਿ ਗਈ ਪੈਸੇ ਦੀ ਗੱਲ ਵੀ ਪੈਸੇ ਦੀ ਬਰਕਤ ਉੱਡੀ ਹੋਈ ਹੈ ਇਹ 2010 ਦੇ 7ਵੇਂ ਮਹੀਨੇ ਤੋਂ ਬਾਅਦ ਕੰਮ ਖਰਾਬ ਜ਼ਿਆਦਾ ਸ਼ੁਰੂ ਹੋਇਆ ਤੁਹਾਡਾ ਹਾਂਜੀ ਤੁਸੀਂ ਕੀ ਕਰਨਾ ਛੋਟੇ ਛੋਟੇ ਉਪਾਏ ਕਦੇ ਕਦੇ ਦਹੀਂ ਮਲ ਕੇ ਨਹਾਉਣਾ ਇਹਨਾਂ ਨੇ ਸਿਲਕੀ ਧਾਗਿਆਂ ਦੇ ਪੈਰਾਂ ਦੇ ਗੂਠੇ ਬੰਨਣੇ ਨੀਲਾ ਤੇ ਹਰਾ ਕੱਪੜਾ ਉੱਪਰ ਪਲੇਨ ਨਹੀਂ ਪਾਉਣਾ ਠੀਕ ਹੈ ਜੀ ਇਹ ਉਪਾਏ ਕਰਨ ਨਾਲ ਕਾਫੀ ਜ਼ਿਆਦਾ ਫਰਕ ਪਊਗਾ ਜੇ ਫਾਇਦਾ ਹੋ ਜੇ ਫਿਰ ਤੁਸੀਂ ਮੈਨੂੰ ਆ ਕੇ ਕੋਈ ਵੀ ਬੰਦਾ ਮਿਲ ਸਕਦਾ ਹੈ ਹਾਂਜੀ ਹਾਂਜੀ ਲੱਗਦਾ ਕਾਲ ਕੱਟੀ ਗਈ ਮੈਂ ਇਹ ਦੱਸਣਾ ਚਾਹੁੰਦਾ ਜਦੋਂ ਵੀ ਕਿਸੇ ਭੈਣ ਭਰਾ ਨੇ ਸਾਡੇ ਨਾਲ ਲੰਬੀ ਗੱਲ ਕਰਨੀ ਹੋਵੇ ਤੇ ਸਾਡਾ ਅਕਾਊਂਟ ਨੰਬਰ ਲੈ ਕੇ ਪੈਸੇ ਜਮ੍ਹਾਂ ਕਰਾ ਕੇ ਵੀ ਗੱਲ ਆਰਾਮ ਨਾਲ ਕਰ ਸਕਦੇ ਹੋ ਪਰ ਜਿਹਨੂੰ ਮਾੜਾ ਮੋਟਾ ਫਾਇਦਾ ਹੁੰਦਾ ਕੋਈ ਵੀ ਘਰ ਦਾ ਵਿਅਕਤੀ ਆ ਕੇ ਸਾਨੂੰ ਮਿਲ ਸਕਦਾ ਹੈਲੋ 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 ਹਾਂਜੀ ਡੇਟ ਆਫ ਟਾਈਮ ਦੱਸੋ ਜੀ 1993 ਜਨਮ ਦਾ ਟਾਈਮ 21 ਤਰੀਕ 8ਵਾਂ ਮਹੀਨਾ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਮੋੜ ਚ ਬੋਲਦੇ 21 ਤਰੀਕ 8ਵਾਂ ਮਹੀਨਾ ਹਾਂਜੀ ਤੇ ਟਾਈਮ 1993 ਟਾਈਮ 93 ਜੀ ਮੈਂ ਟਾਈਮ ਪੁੱਛਿਆ 3:40 ਸਵੇਰ ਦਾ ਕਿ ਸ਼ਾਮ ਦਾ ਸ਼ਾਮ ਦਾ ਹਾਂਜੀ ਕੀ ਬੋਲਣਾ ਚਾਹੁੰਦੇ ਹੋ ਅਸੀਂ ਕੁੜੀ ਨਹੀਂ ਮਿਲਾਉਣੀ ਹੈ ਜੀ ਮੁੰਡੇ ਨਾਲ ਕੁੜੀ ਦਾ ਜਨਮ ਦਿਨ ਹੈ ਇੱਕ ਮਿੰਟ ਰੁਕ ਜਾਓ ਫਿਰ ਜੇ ਕੁੜੀ ਦਾ ਜਨਮ ਦਿਨ ਹੈਗਾ ਕੁੜੀ ਦਾ ਤੁਸੀਂ ਜਨਮ ਦਿਨ ਮੈਨੂੰ ਦੱਸਿਆ ਹੈਗਾ ਦੁਬਾਰਾ ਬੋਲੀਏ 1991 ਤਰੀਕ ਕਿੰਨੀ ਹੈ 21 ਤਰੀਕ 1991 ਹਾਂਜੀ ਹਾਂਜੀ 8ਵਾਂ ਮਹੀਨਾ 8ਵਾਂ ਮਹੀਨਾ 21 ਤਰੀਕ ਹਾਂ ਜਨਮ ਦਾ ਟਾਈਮ 4 ਵਜੇ ਚਲੋ ਜੀ ਅਗਲਾ ਬੋਲਿਓ ਅਸੀਂ ਮੁੰਡੇ ਦੀ ਸ਼ਾਦੀ ਕਰਨੀ ਹੈ ਆਪਾਂ ਮੁੰਡੇ ਦੀ ਡੇਟ ਬਰਥ ਬੋਲੋ 1993 ਹਾਂਜੀ ਤੀਜਾ ਮਹੀਨਾ 11 ਤਰੀਕ 1993 ਤੀਜਾ ਮਹੀਨਾ ਹਾਂਜੀ 11 ਤਰੀਕ ਹਾਂਜੀ ਤੇ ਟਾਈਮ ਮੁੰਡੇ ਦਾ 7:15 ਆਥਣ ਦਾ ਤੁਸੀਂ ਕਿਹੜੀ ਜਾਤ ਬੋਲਦੇ ਹੋ ਮੋੜ ਚੋਂ ਜੀ ਮੋੜ ਚੋਂ ਤੁਸੀਂ ਵਿਆਹ ਕਰ ਸਕਦੇ ਹੋ ਹੈਲੋ ਤੁਹਾਡੀ ਕੁੜੀ ਦਾ ਮੁੰਡਾ ਹੈ ਮੇਰਾ ਮੁੰਡਾ ਜੀ ਮੁੰਡਾ ਹੈ ਵਿਆਹ ਤੁਸੀਂ ਕਰ ਸਕਦੇ ਹੋ ਹਾਂਜੀ ਠੀਕ ਹੈ ਜੀ ਤੇ ਪਰ ਇੱਕ ਵਾਰੀ ਆ ਕੇ ਮਿਲ ਲਈਓ ਵਿਆਹ ਤੋਂ ਬਾਅਦ ਅੱਛਾ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗੀ 26 ਕੋਲ ਮਿਲਦੇ ਆ ਠੀਕ ਹੈ ਜੀ ਸਾਰਾ ਕੁਝ ਠੀਕ ਹੈਗਾ ਇਹ ਹੁਣ ਮੈਨੂੰ ਨੀ ਪਤਾ ਇੰਨਾ ਲੰਬਾ ਚੌੜਾ ਸਾਰਾ ਕੁਝ ਪੰਜਾਬ ਚੋਂ ਕੱਢ ਕੇ ਦੇਖਣਾ ਪੈਂਦਾ ਹੈ ਜਦੋਂ ਮਰਜ਼ੀ ਤੁਹਾਡਾ ਦਿਨ ਚੰਗਾ ਲੱਗਦਾ ਕਰ ਦੋ ਕੋਈ ਦਿੱਕਤ ਨਹੀਂ ਜੈ ਸ਼੍ਰੀ ਰਾਮ ਹੈਲੋ ਡੇਟ ਔਰ ਟਾਈਮ ਦੱਸਿਓ 1/11/1995 ਜਨਮ ਦਾ ਟਾਈਮ 4 ਵਜੇ ਕੀ ਪੁੱਛਣਾ ਚਾਹੁੰਦੇ ਹੋ
इंग्लिश क्लियर हो जाएगी। हाँ कीजिए एमए कर रही हूं क्लियर। केड़ी जगह तो बोल रहे हो? मुल्लापुर। मुल्लापुर तो ज्यादा बोलना नहीं किसी ना बहसना नहीं ठीक है जी। सहेलियां तो दूर रहना है ठीक है जी। जे सहेलियां तो दूर ना हो तो थोड़ी बदनामी हो जाएगी। पहले मेरी गल चंगी तरह सुन लो ठीक है। पढ़न च तुसी वधिया सीगे पर तुसी जेड़ा ना सहेलियां तुहानू खराब कर गईयां। हां जी पास हो जाओगे चिंता ना करो ठीक है जी। चंगी तरह मेरी गल पल्ले बन लेनी है। हां जी हां जी। ते एक ज्यादा किसी ना बहस लेनी हो ठीक है जी। किसे दे अगे नहीं बोलना घर दे मेंबर दे ठीक है जी। ओम नमो शिवाय दा जाप करना रोटी रसोई दे विच बैठ के खानी ठीक है जी। जब तक तुहाडा विआह नहीं हुंदा हां जी किसे सहेली दे घरे नहीं जाना ठीक है। जय श्री राम। हेलो सर जी। हां जी नमस्कार बंदल जी। नमस्कार जी। ਉਹਨਾਂ ਦਾ ਪੁੱਛਣ 12:12:87 ਹੈ ਜੀ। 12:12:87 ਜਨਮ ਦਾ ਟਾਈਮ? ਹਾਂਜੀ ਜਨਮ ਦਾ 1:53 ਦੁਪਹਿਰ ਦੇ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਹੁੰਦੀ ਸੀ ਨਾ ਮੈਰਿਜ ਨਹੀਂ ਹੋ ਰਹੀ। ਅੱਛਾ ਜੀ ਇਹ ਨਾਲੇ ਮੁਗਲੀਕ ਦੱਸੋ ਵੀ ਮੁਗਲੀਕ ਵੀ ਆ। ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਚੰਡੀਗੜ੍ਹ ਤੋਂ ਬੋਲਦੇ। ਚੰਡੀਗੜ੍ਹ ਤੋਂ ਬੋਲਦੇ ਹੋ। ਮੰਗਲੀਕ ਹੈਗਾ ਬੱਚਾ ਇਹਦਾ ਦਿਲ ਕਰੇ ਕੰਮ ਕਰਦਾ ਦਿਲ ਕਰੇ ਨਹੀਂ ਕਰਦਾ। ਹਾਂਜੀ ਮੰਗਲੀਕ ਹੈਗਾ ਆ। ਅਸੀਂ ਵੀ ਮੰਗਲੀਕ ਕੁੜੀ ਨਾਲ ਹੋਊਗਾ। ਐ ਨਹੀਂ ਹੁੰਦਾ ਮੰਗਲੀਕ ਬੱਚਾ ਮੰਗਲੀਕ ਬੱਚੇ ਨਾਲ ਜਿਹੜਾ ਵੀ ਹੈ ਜ਼ਰੂਰੀ ਨਹੀਂ ਉਹਦੇ ਨਾਲ ਵਿਆਹ ਕਰੀਏ। ਅੱਛਾ ਮੰਗਲੀਕ ਦੋਸ਼ ਕੱਟਿਆ ਜਾਂਦਾ। ਹਾਂਜੀ ਅੱਛਾ। ਦੂਜੇ ਨੰਬਰ ਤੇ ਘਰ ਚ ਧਾਗਾ ਤਵੀਤ ਨਹੀਂ ਰੱਖਣਾ। ਅੱਛਾ ਇਹ ਮੁੰਡਾ ਤੁਹਾਡਾ ਕੰਮ ਕਰਨ ਦੇ ਵਿੱਚ ਆਲਸਪਣ ਜ਼ਿਆਦਾ ਦਿਖਾ ਜਾਂਦਾ। ਹਾਂਜੀ ਹਾਂਜੀ ਜੀ ਕਰੇ ਕੰਮ ਕਰਦਾ ਜੀ ਕਰੇ ਨਹੀਂ ਕਰਦਾ। ਹਾਂਜੀ ਠੀਕ ਹੈ ਜੀ। ਦੂਜੇ ਨੰਬਰ ਤੇ ਇਹ ਹੈ ਕਿ ਇਹ ਬੱਚਾ ਜਿਹੜਾ ਤੁਹਾਡਾ ਹੈ ਇਹਦਾ ਟਾਈਮ ਠੀਕ ਨਹੀਂ ਚੱਲ ਰਿਹਾ। ਹੁਣ ਟਾਈਮ ਖਰਾਬ ਸ਼ੁਰੂ ਹੋ ਗਿਆ ਇਹਨੂੰ ਕਿਤੇ ਇਕੱਲੇ ਨੂੰ ਜਾਣ ਨਹੀਂ ਦੇਣਾ। ਅੱਛਾ ਜਿਆਦਾ ਮੋਟਰਸਾਈਕਲ ਤੇਜ਼ ਨਹੀਂ ਚਲਾਣਾ। ਅੱਛਾ ਤੁਸੀਂ ਕਦੇ ਵੀ ਦੇਖ ਲਿਓ ਕੋਈ ਬੰਦਾ ਮੋਟਰਸਾਈਕਲ ਲੈ ਲੇ ਜਾਂ ਸਕੂਟਰੀ ਨਵੀਂ ਲੈ ਲੇ। ਹਾਂਜੀ ਹਾਂਜੀ ਸਕੂਟਰੀ ਨਵੀਂ ਲੈ ਲੇ ਬੰਦੇ ਨੇ ਮਹੀਨੇ ਦੋ ਮਹੀਨਿਆਂ ਚ ਗਿਰਨਾ ਹੀ ਗਿਰਨਾ ਹੁੰਦਾ। ਅੱਛਾ ਹਰ ਇੱਕ ਬੰਦੇ ਨੂੰ ਚਾਹੀਦਾ ਜਦੋਂ ਵੀ ਕੋਈ ਬੰਦਾ ਸਕੂਟਰੀ ਜਾਂ ਮੋਟਰਸਾਈਕਲ ਕੋਈ ਵੀ ਲੈਂਦਾ ਨਵਾਂ ਖਾਸ ਤੌਰ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਹਰ ਇੱਕ ਬੰਦੇ ਚਾਹੀਦਾ ਮੋਟਰਸਾਈਕਲ ਦੀ ਅਗਲੀ ਬ੍ਰੇਕ ਬਿਲਕੁਲ ਘੱਟ ਰੱਖਣੀ। ਅੱਛਾ ਦੂਜੇ ਨੰਬਰ ਤੇ ਜਦੋਂ ਮੀਂਹ ਪੈ ਕੇ ਹਟਦਾ ਸੜਕ ਟੁੱਟ ਜਾਂਦੀ ਹੈ। ਹਾਂਜੀ ਬਜਰੀ ਖਿਲਰ ਜਾਂਦੀ ਹੈ ਬੰਦੇ ਦਾ ਅਗਲਾ ਟਾਇਰ ਸਲਿਪ ਹੁੰਦਾ ਜਦੋਂ ਦੇਖ ਲਓ ਮਰਜ਼ੀ। ਹਾਂਜੀ ਹਾਂਜੀ ਇਸ ਕਰਕੇ ਇਸ ਬੱਚੇ ਦਾ ਪੂਰਾ ਧਿਆਨ ਰੱਖਣਾ। ਰੋਟੀ ਰਸੋਈ ਚ ਬੈਠ ਕੇ ਖਾਵੇ ਕੋਈ ਕੰਮ ਦੇ ਵਿੱਚ ਕਿਸੇ ਪੈਸੇ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਇਹਦਾ ਪੰਗਾ ਨਹੀਂ ਹਲੇ ਲੈਣਾ। ਅਗਲਾ ਸਾਲ ਇਹਦਾ ਸਾਰਾ ਮਾੜਾ ਆ ਆਹ ਸਾਲ ਡੇਢ ਸਾਲ ਦਾ ਸਮਾਂ ਇਹਦਾ ਮਾੜਾ ਚੱਲ ਪਿਆ। ਕੋਈ ਵਿਆਹ ਵੀ ਉਹਦਾ ਚੱਕਰ ਨਹੀਂ ਬਣਿਆ ਜਿੱਥੇ ਦੇਖੀ ਜਾਓਗੇ ਚੁੱਪ ਕਰ ਜਾਓਗੇ ਹਲੇ ਆਰਾਮ ਨਾਲ ਬੈਠ ਜਾਓ। ਇਹਦਾ 2017 ਦੇ ਵਿੱਚ ਵਿਆਹ ਹੋਣਾ ਆ ਹੁਣ ਤਾਂ ਜਿੱਥੇ ਗੱਲ ਤੋਰੋਗੇ ਰੁਕ ਜਾਊਗੀ। ਹਾਂਜੀ ਕੁਛ ਚੱਲ ਨਹੀਂ ਕੰਮ ਹਜੇ ਤੇ ਨਾਲੇ ਤੁਸੀਂ ਖੱਜਲ ਖਰਾਬ ਹੋ ਗਏ ਨਾਲੇ ਤੁਹਾਡੀਆਂ ਗੱਲਾਂ ਹੋ ਗਿਆ ਜੇ ਕਿਤੇ ਰਿਸ਼ਤਾ ਹੋ ਵੀ ਗਿਆ ਤਾਂ ਵਾਪਸੀ ਹੋ ਜਾਊਗੀ ਸਾਰੇ ਲੈਣ ਦੇਣ ਦੀ ਨਾਲੇ ਬੇਇੱਜ਼ਤੀ ਹੋਊ। ਹਲੇ ਰੁਕ ਜਾਓ ਰੋਟੀ ਰਸੋਈ ਚ ਖਾਵੇ ਫਿਰ ਆ ਕੇ ਮਿਲੇ ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਡੇਟ ਔਰ ਟਾਈਮ ਦੱਸੋ ਜਲਦੀ। ਹਾਂਜੀ 23/7/92 ਜਨਮ ਦਾ ਟਾਈਮ ਸੁਣੋ 836 ਜੀ। ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਡੱਡਾ ਨਗਰ ਪੰਜੀ ਰਾਜਸਥਾਨ ਤੋਂ। ਅੱਛਾ ਜੀ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਜੀ ਬੇਟੇ ਬਾਰੇ ਪੁੱਛਣਾ। ਇੱਕ ਤਾਂ ਥੋੜਾ ਜਿਹਾ ਕਹਿਣਾ ਨਹੀਂ ਲੱਗਦਾ ਜੀ ਇੱਕੋ ਦੋ ਨਾ ਐਕਸੀਡੈਂਟ ਹੋ ਗਿਆ ਸੀ ਜੀ ਕੇਸ ਤਾਂ ਚੱਲੀ ਜਾਂਦਾ ਸਾਡੇ ਤੇ ਐਕਸੀਡੈਂਟ ਵਾਲਾ ਉਹਦੇ ਬਾਰੇ ਪੁੱਛਣਾ ਸੀ ਜੀ ਕਿਵੇਂ ਸਾਡਾ ਕਲੀਅਰ ਹੋਊਗਾ ਕੋਈ ਉਪਾਅ ਵਗੈਰਾ ਤੇ ਇੱਕ ਬੇਟਾ ਕਹਿਣਾ ਨਹੀਂ ਲੱਗਦਾ ਜੀ। ਪਹਿਲੇ ਨੰਬਰ ਤੇ ਦੱਸੋ ਐਕਸੀਡੈਂਟ ਹੋਏ ਨੂੰ ਕਿੰਨਾ ਟਾਈਮ ਹੋ ਗਿਆ? ਐਕਸੀਡੈਂਟ ਹੋਇਆ ਸੀ ਇਹ 12/3/2013 ਸੀ। 13 ਤੇ ਇਹਦੇ ਕੋਲ ਲਾਇਸੈਂਸ ਹੈਗਾ ਸੀ ਕਿ ਨਹੀਂ? ਡਰਾਈਵਿੰਗ ਲਾਇਸੈਂਸ ਸੀਗਾ ਜੀ। ਅੱਛਾ ਸੀਗਾ ਲਾਇਸੈਂਸ। ਇੱਕ ਗੱਲ ਮੇਰੀ ਸੁਣ ਲਓ। ਹਾਂਜੀ ਕੋਈ ਬੱਚਾ ਜਿਹੜਾ ਹੈ ਹਰ ਇੱਕ ਬੱਚੇ ਨੂੰ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਇਹ ਚਾਹੀਦਾ ਕਿ ਜਦ ਤੱਕ ਲਾਇਸੈਂਸ ਨਹੀਂ ਬਣਿਆ ਹਾਂਜੀ ਜਦ ਤੱਕ ਉਹਨਾਂ ਨੂੰ ਹੈਵੀ ਗੱਡੀ ਨਹੀਂ ਚਲਾਉਣੀ ਚਾਹੀਦੀ। ਹਾਂਜੀ ਦੂਜੇ ਨੰਬਰ ਤੇ ਜੀਟੀ ਰੋਡ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਮੇਰੀ ਗੱਲ ਤਾਂ ਸੁਣ ਲਓ ਜਦੋਂ ਕਿਸੇ ਬੱਚੇ ਦੇ ਕੋਲੇ ਲਾਇਸੈਂਸ ਨਾ ਹੋਵੇ ਜੀਟੀ ਰੋਡ ਤੇ ਐਕਸੀਡੈਂਟ ਹੋ ਜਾਏ ਜਾਂ ਵੈਸੇ ਵੀ ਹੋ ਜਾਏ ਹਾਂਜੀ ਔਰ ਮਾਂ ਪਿਓ ਉਸ ਤੇ ਸਿਆਪਾ ਖੜਾ ਹੋ ਜਾਂਦਾ ਹੈ।
मेरे को नाले आ जाओ नहीं तो बहुत वड्डा स्यापा खड़ा हो जाऊगा अगले साल का जी जे पंजे महीने तो पहले ना नबेड़ा आया तो मेरे को आ जाओ ठीक है जी दूजे नंबर ते एक गल हो रहा जो किसी घर कोई भी किसी तरह का कलेश चलता हो ना कम से कम जिस व्यक्ति का कसूर हो उस व्यक्ति को घर शांति रखनी चाहिए है सब तो पहले नंबर ते जो बच्चा मां प्यो तंग करूगा मां प्यो बदवा जे दे दे लगती बहुत जल्दी होंगी है क्योंकि कल्पना जिहड़ी है एक घर कलेश दलिद्र घर जहमत खड़ी कर दिंदी है नारियल वार के जल प्रवाह करना वड्डे नाम दे पैसे चक के गुरुद्वारे खजाने च पा दो इहदे तो रख के सुचे भी इह टिक जावे वड्डे नाम च जाके गुरुद्वारे खजाने पा दो जय श्री राम हैलो नमस्कार जी हेलो हाँ जी वीर जी बोलो मेरी डेट ऑफ बर्थ है 22/10/94 22/10/94 जन्म टाइम जी 3:20 PM 3:20 PM हाँ जी की पूछना चाहते हो नौकरी बारे कुछ नहीं कर सकते नौकरी मिली कि बंद बंद का काम रही है नौकरी वाली उन्ने तो बोल दे हो हाँ जी केड़ी जगह तो बोल दे हिमाचल चो उन्ने तो हाँ जी उन्ने वाले की आवाज तो ही पता लग जाता है वीरवार तो लैके वीरवार तक छोलियां दी दाल धार्मिक स्थान ते दान देनी अच्छा जी खुशी कोई मनानी नी अच्छा जी तुहानू याद होगा तुहाडी कार पहले भी लगी सी गल पल्ले बन लिया करो अच्छा जी दूसरे नंबर ते किसी दे नाल ज्यादा बहस ना नहीं झूठ नहीं बोलना कोई खुशी नहीं मनानी अच्छा जी सूरे नूं जल देना अच्छा जी वीरवार तो लैके वीरवार तक छोले दी दाल धार्मिक स्थान ते दान देनी अच्छा जी सवेरे 6 to 9:10 तक नंगे पैर जाना है नंगे पैर आना है दूर नंगे पैर जाने बिल्कुल जी ते आ मेरे जेडे उपाय दसे हले करो ते अगले साल दे विच नौकरी मिलूगी तुहानू फरवरी तो बाद अच्छा पक्का जी एक गल सुनो हां जी उन्ने तो लुधियाना किन्नी दूर है अन्नी मैं आना जरूर आना ही तुहानू सुन लै स्टाम चक्कर ही लिख के दे दूंगा अच्छा जी पर मेरे हिसाब ना चलना जी बिल्कुल जी हाँ जे ना चले तो हिसाब ला लियो क्योंकि बहस दे बहुत हो तुसी हाँ जी किसे ना घर दे मेंबर ना बहस ना लियो अच्छा जी जय श्री राम हेलो हेलो जी हाँ जी सत श्री अकाल जी सत श्री अकाल जी हाँ जी मेरे बेटे का हाँ जी हाँ जी बोलो 21 मार्च 1985 से बर्थडे होया था 1985 दुख चली जाने हरेक बंदा तुहाडे गल कोई ना कोई नवा स्यापा पा दिंदा है दूजे नंबर ते ए जेड़ा लड़का है एक बारी आके मेनू मिले जरूर ए ज्यादा खुश नहीं रहिंदा जी
ज्यादा काम कह दो मत्थे वट पै जाते हैं जी जी हां इन्हू कह दो गड्डी चक पैसे चक ते कितने घूमन चले जा फिर खुश है जी जी बिल्कुल ठीक बिल्कुल ठीक ते एक पुठा दिमाग ज्यादा चलता सीधा घर चलता हाले शुक्र है बाहर किसी ना लड़दा नहीं है घरे किसी छड़दा नहीं बिल्कुल ठीक कह रहे ठीक है जी ये बच्चा जेड़ा तुहाडा है ना आपदे जे ता इस बच्चे नु तुसी कुछ बनाना है आपदे तो दूर कर दो एक एदा शरीर बड़ा ढिला जल्दी हो जांदा है जी जी बिल्कुल ठीक है और इनू ना तुसी कोई भार वाला काम नहीं करा सकते हां जी एदी चीज जे छेड़ती ते इने आके रूम च दस दे मेरी चीज किन्ने छेड़ी है जी 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 इस बंदे दा दिमाग कहे जा जी 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 तुसी एक बारी बच्चा आके मिले रोटी रसोई खानी नहान तो पहले तेल मलना जी जी वाइट दूध नहीं पीना हां जी वाइट दूध नहीं पीना पत्ती वाला दूध पीना जी जी ठीक आप दे घर तो इस बच्चे नु दूर भेजो हां जी ये बच्चा कामयाब हो जाऊगा अच्छा जी कितने भेजा मेरे को भेज दो ठीक है जी जरूर कितने का एड्रेस है तुम्हारा मेरा एड्रेस थले लिखे आंदा सवेरे बस चढ़ाओ हां एड्रेस लिखे पढ़ो हां जय श्री राम हेलो जयसिल जी हां जी ਅਸੀਂ ਪਟਿਆਲਾ ਜ਼ਿਲ੍ਹੇ ਸਟਾਰ ਪਿੰਡ ਤੋਂ ਬੋਲਦੇ ਹਾਂ ਡੇਟ ਔਰ ਟਾਈਮ ਦੱਸ ਦਿਓ ਕਿਹਦਾ ਪੁੱਛਣਾ ਮੇਰਾ ਆਪਣਾ ਹੀ 10/5/1967 ਜੀ 10/5/1967 ਜੀ ਜਨਮ ਦਾ ਟਾਈਮ ਰਾਤ 11:30 ਵਜੇ ਜੀ ਕੀ ਪੁੱਛਣਾ ਚਾਹੁੰਦੇ ਹੋ ਮੈਨੂੰ ਜੀ ਘੱਟੋ ਘੱਟ 25-30 ਸਾਲ ਹੋ ਗਏ ਕੋਈ ਮਿੰਟ ਨਾਲ ਕੰਮ ਕਰਦਾ ਜੀ ਮੈਂ ਕਾਮਯਾਬ ਨਹੀਂ ਹੋ ਰਿਹਾ ਨਾ ਤਾਂ ਮੈਂ ਤਾਂ ਮਕਾਨ ਬਣਿਆ ਜੀ ਨਾ ਬਾਥਰੂਮ ਬਣਾਈ ਨਾ ਰਸੋਈ ਬਣਾਈ ਨਾ ਕੋਈ ਬੱਚਾ ਸੈੱਟ ਹੋਇਆ ਜੀ ਕਿਤੇ ਦੋ ਬੇਟੇ ਨੇ ਮੇਰੇ ਕੋਲ ਅੱਛਾ ਜੀ ਹਾਂ ਦੋ ਬੇਟੇ ਜੀ ਇੱਕ ਬੇਟੇ ਨੇ 7 ਸਾਲ ਹੋਏ ਲੈ ਜੂਲਰ ਦਾ ਕੰਮ ਸਿੱਖਦੇ ਨੇ ਜੀ ਅੱਛਾ ਜੀ ਦੂਸਰਾ ਜਿਹੜਾ ਛੋਟਾ ਬੱਚਾ ਜੀ ਉਹਨੇ 7 ਸਾਲ ਹੋ ਗਏ ਆਪਣੀ ਹੁਣ ਕੰਪਿਊਟਰ ਸਾਇੰਸ ਦੀ ਡਿਗਰੀ ਕਰਕੇ ਪੇਪਰ ਦਿੱਤਾ ਵਾ ਲਾਸਟ ਈਅਰ ਜੀ ਅੱਛਾ ਜੀ ਮੈਂ ਤਾਂ ਬੱਚਿਆਂ ਵੱਲੋਂ ਸੁੱਖ ਮਿਲ ਰਿਹਾ ਜੀ ਨਾ ਕੋਈ ਹੋਰ ਪਰਿਵਾਰ ਵੱਲੋਂ ਸੁੱਖ ਮਿਲ ਰਿਹਾ ਮੈਂ ਤੜਪੀ ਜਾਂਦਾ ਸੋਚੀ ਜਾਂਦਾ ਜੀ ਕੀ ਬਣੂ ਕੀ ਨਹੀਂ ਬਣੂ ਇੱਕ ਮੇਰੀ ਗੱਲ ਸੁਣੋ ਹਾਂਜੀ ਕਈ ਵਾਰੀ ਕੀ ਹੁੰਦਾ ਕਿ ਘਰ ਦੇ ਵਿੱਚ ਹਾਂਜੀ ਆਪਣਾ ਘਰ ਹੀ ਇਹੋ ਜਿਹਾ ਹੁੰਦਾ ਉੱਥੇ ਬਰਕਤ ਪੈਂਦੀ ਨਹੀਂ ਹੋ ਹਾਂਜੀ ਹਾਂਜੀ ਪੈਂਦੀ ਨਹੀਂ ਹੈ ਹਾਂਜੀ ਦੂਜੇ ਨੰਬਰ ਤੇ ਕਈ ਵਾਰੀ ਆਪਾਂ ਮਕਾਨ ਲੈਨੇ ਆ ਹਾਂਜੀ ਮਕਾਨ ਬਣਾਉਨੇ ਆ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਮਕਾਨ ਆਪਾਂ ਬਣਾਉਂਦੇ ਸੀ ਹਾਂਜੀ ਆਪਣੇ ਮਕਾਨ ਦੇ ਵਿੱਚ ਹੀ ਪਿੱਛੇ ਜਗ੍ਹਾ ਮਾੜੀ ਮੋਟੀ ਖਾਲੀ ਪਈ ਹੁੰਦੀ ਸੀ ਹਾਂਜੀ ਉੱਥੇ ਆਪਾਂ ਮਿੱਟੀ ਨਹੀਂ ਸਟਾਉਂਦੇ ਸੀ ਹਾਂਜੀ ਜੋ ਕੂੜਾ ਕਬਜਾ ਹੁੰਦਾ ਸਾਰਾ ਚੱਕ ਚੱਕ ਉੱਤੇ ਸਿੱਟੀ ਜਾਂਦੇ ਸੀ ਬਾਅਦ ਚ ਆਪਾਂ ਉੱਪਰ ਮਿੱਟੀ ਪਾ ਦਿੰਦੇ ਸੀ ਠੀਕ ਹੈ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਕਿਸੇ ਜਗ੍ਹਾ 'ਚ ਰਹਿੰਦੇ ਆ ਉਸ ਜਗ੍ਹਾ 'ਚ ਕੋਈ ਇਹੋ ਜਿਹੀ ਚੀਜ਼ਾਂ ਆਪਾਂ ਸਿੱਟ ਦਿੰਨੇ ਆ ਹਾਂਜੀ ਜਿਹਦੇ ਨਾਲ ਘਰ ਦੇ ਵਿੱਚ ਸਾਰੀ ਜ਼ਿੰਦਗੀ ਕਲਾ ਕਲੇਸ਼ ਤੇ ਬਰਕਤ ਨਹੀਂ ਪੈਂਦੀ ਹਾਂਜੀ ਹਾਂਜੀ ਦੂਜੇ ਨੰਬਰ ਤੇ ਜਿੱਦਾਂ ਤੁਸੀਂ ਆਪਦੀ ਹਾਲਾਤ ਦੱਸਦੇ ਹੋ ਹਾਂਜੀ ਕਈ ਘਰਾਂ ਦੇ ਵਿੱਚ ਜਿੱਦਾਂ ਤੁਸੀਂ ਮੈਨੂੰ ਦੱਸਦੇ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਹਾਂਜੀ ਉਹ ਤੁਹਾਡੇ ਬਜ਼ੁਰਗਾਂ ਨੇ ਆਪਦਾ ਜਿਹੜਾ ਪੈਸਾ ਨਾ ਹਾਂਜੀ ਉਹ ਉਹਨਾਂ ਨੇ ਖਰਾਬ ਕੀਤਾ ਜਿੱਦਾਂ ਤੁਹਾਡੇ ਦਾਦਾ ਜੀ ਹੁਣ ਹਾਂਜੀ ਹਾਂਜੀ ਉਹਨਾਂ ਨੇ ਆਪਦਾ ਪੈਸਾ ਜਿਹੜਾ ਹੈ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਕਿਸੇ ਨੂੰ ਪੈਸਾ ਦਿੰਦੇ ਨਹੀਂ ਸੀ ਠੀਕ ਹੈ ਜੀ ਆਪਦੀ ਔਲਾਦ ਨੂੰ ਵੀ ਨਹੀਂ ਦਿੰਦੇ ਸੀ ਠੀਕ ਹੈ ਜੀ ਆਪਦੇ ਕੋਲੇ ਰੱਖਦੇ ਸੀ ਕਈ ਵਾਰੀ ਨੱਪੇ ਰਹਿ ਜਾਂਦਾ ਸੀ ਧਣ ਠੀਕ ਹੈ ਜੀ ਔਰ ਉਹਨਾਂ ਘਰਾਂ ਦੇ ਵਿੱਚ ਵੀ ਦਲਿਤ ਰਹਿੰਦੇ ਕਈ ਘਰਾਂ ਦਾ ਕਈ ਸਿਸਟਮ ਹੁੰਦੇ ਆ ਉਹ ਦੂਜੇ ਨੰਬਰ ਤੇ ਘਰ ਦੇ ਵਿੱਚ ਤੁਹਾਡੇ ਜਿੰਨੇ ਲੇਡੀਜ਼ ਹੈ ਪਰ ਇੱਕ ਚੀਜ਼ ਹੋਰ ਹੈ ਹਾਂਜੀ ਜਦੋਂ ਜਿਹੜੀ ਕੰਡੀਸ਼ਨ ਤੁਸੀਂ ਮੈਨੂੰ ਦੱਸੀਏ ਬੈਠ ਕੇ ਗੱਲਾਂ ਕਰਨ ਵਾਲੀਆਂ ਹੁੰਦੀਆਂ ਹਾਂਜੀ ਜਦੋਂ ਇਹੋ ਜਿਹੀ ਕੰਡੀਸ਼ਨ ਹੋਵੇ ਬੰਦੇ ਨੂੰ ਸ਼ਹਿਰ ਛੱਡਣਾ ਚਾਹੀਦਾ ਠੀਕ ਹੈ ਜੀ ਦੂਜੇ ਨੰਬਰ ਤੇ ਘਰ ਦੇ ਵਿੱਚ ਕੋਈ ਵੀ ਲੇਡੀਜ਼ ਹੈ ਹਾਂਜੀ ਉਹਨੂੰ ਕਦੇ ਵੀ ਗੰਦੇ ਕੱਪੜੇ ਨਹੀਂ ਪਾਣੇ ਚਾਹੀਦੇ ਸਾਫ ਕੱਪੜੇ ਸਫਾਈ ਜ਼ਿਆਦਾ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਜੇ ਕੱਚੀ ਜ਼ਮੀਨ ਹੋਵੇ ਤੇ ਨੰਗੇ ਪੈਰ ਫਿਰਨਾ ਪੱਕੀ ਜ਼ਮੀਨ ਹੋਵੇ ਤੇ ਨੰਗੇ ਪੈਰ ਨਹੀਂ ਫਿਰੀਦਾ ਠੀਕ ਹੈ ਜੀ ਜੇ ਗੋਏ ਨਾਲ ਆਪਾਂ ਬੇੜਾ ਲਿਪਦੇ ਆ ਤੇ ਨੰਗੇ ਪੈਰ ਫਿਰ ਸਕਦੇ ਆ ਨਹੀਂ ਤਾਂ ਨਹੀਂ ਫਿਰ ਸਕਦੇ ਠੀਕ ਹੈ ਜੀ ਬੜੀਆਂ ਚੀਜ਼ਾਂ ਹੁੰਦੀਆਂ ਹਾਂਜੀ ਰਾਜਸਥਾਨ ਦੇ ਵਿੱਚ ਅੱਜ ਵੀ ਚਲੇ ਜਾਓ ਹਰਿਆਣੇ 'ਚ ਚਲੇ ਜਾਓ ਅੱਛਾ ਜੀ ਬੇਸ਼ੱਕ ਲੇਡੀਜ਼ ਨੰਗੇ ਪੈਰ ਫਿਰਦੀਆਂ ਉਹਨਾਂ ਦੀ ਜ਼ਮੀਨ ਕੱਚੀ ਹੋਊਗੀ ਹਾਂਜੀ ਪਰ ਉਹਨਾਂ ਦਾ ਸਿਰ ਟਕਿਆ ਹੋਊਗਾ ਠੀਕ ਹੈ ਸਿਰ ਟਕਣ ਦੇ ਨਾਲ ਇੰਨਾ ਕੁ ਜ਼ਿਆਦਾ ਬਰਕਤ ਪੈਂਦੀ ਹੈ ਲੇਡੀਜ਼ ਤੇ ਤੁਸੀਂ ਸੁਣ ਨਹੀਂ ਸਕਦੇ ਹਾਂਜੀ ਹਾਂਜੀ ਤੇ ਤੁਸੀਂ ਕੀ ਕਰਨਾ ਹੈ ਹਾਂਜੀ ਛੋਟੇ ਛੋਟੇ ਦੋ ਉਪਾਅ ਕਰਨੇ ਆ ਦੱਸੋ ਜੀ ਆਪਦੀ ਕਮਾਈ ਦੇ ਵਿੱਚੋਂ
जिथे भी थोड़े जठेरे है जठेरे थोड़े वड वडेरे कि है उथे जाके चिट्टी कली जी आम कली होंगी है कली करनी है जेडी कूची होंगी है अजकल कली कर लागे बुरश नुरश नी कूची कली करनी है जेड़ा इंसान आपके घर जे कली कर जगह हैगी कूची न कली करी दी है कूची न कली करहु केतु सब तो ज्यादा उच्च होंगे है ठीक है जी बुरश के नाल कली नहीं करी दी जठेर के नाम से नवी इटा लायाओ देसी महीना जिदन चढ़ा उ कली कराओ नाल उड़ा जो जी करता माड़े मोटे पैसे चढ़ाने चढ़ा दो नहीं तो उसे कोई चीज जरूरत हैगी तो चीज वो लै दो ऐतवार छड़ के पिपल ते जल चढ़ान लग जान सवेरे नहा के अज की डेट च मेरी एक गल सुन लो लोग अजकल की करते ब्राह्मण तुरै जाए या ब्राह्मण मिल जाए या जाता हो गाल कड़े भाई जी दे कोई पैरी हाथ नहीं लाता भाई जी भी देख के लोग टिचर करते हैं बिलकुल जी बिलकुल कदे भी जिंदगी दे विच एक भाई जी ने एक ब्राह्मण नू गाल नहीं कड़ी दी पैरी हाथ लाना तुहानू कुछ मिलना पुराने जमाने दे विच ना जिन्हें महल च बंदे खड़े होंदे सी ना लोग तुरे जाते बच्चे पैरी हाथ लाते कुछ तो सीस दऊगा कदे भी किसी पैरी हाथ लो चाहे दुश्मन दे मुंह चो गाल नहीं निकलूगी अंदरों कोई ना कोई सीस दऊगा ही दऊगा तुहानू चाहे मत्था कट्ठा करके दे देवे मेरी तो ये है जी अच्छा है जी नहीं अपने आप तो सोचे हम भी पैरी हाथ ला देने क्योंकि जेड़ियां चीजा होंदियां दो तुसी दसियां दूजे नंबर ते घर च सफाई ज्यादा जाले नहीं होने चाहिए सफाई तो घर में पूरी कर देने घर के सफाई करने जगह ही बहुत घट है जगह ही मैं दसदा बाथरूम है रसोई है मेरी नहीं गल समझे बाथरूम है रसोई है नहीं तुसी जगह बदलोगे फर्क पै जूगा तुहाडे बच्चे हैगे आ सब कुछ हो जांदा असि मेरी गल तां सुन लो मैं किन्नी वारी आपदा घर छड्या किन्नी वारी मैं बेघर होया ठीक है जी पर मेहनत तो कदे नहीं डरे ना कोई ये देखे भी किहड़े शहर च जाना की करना है ठीक है पर तुसी एक वारी कदम चक के देखो कई वारी कहंदे हुंदे आ माड़ा मोटा बंदा शहर छड्दा कोई फायदा ही हुंदा आ जय श्री राम हेलो हेलो नमस्ते पंडित जी नमस्कार जी अमृतसर तो बोलते हो अमृतसर तो सह चढ़िया पे की गल होगी नहीं सह नहीं चढ़े नहीं नहीं हुण ऐ नहीं यार कोई गल नहीं बंदे नूं ना जो कार लग जांदी है ना खुशी भी बड़ी हो जाती है हाँ जी हाँ जी अच्छा जी एक तो तुसी कोई खुशी नहीं मनानी ठीक है जी पुठा दिमाग नहीं चलाना ठीक है जी गलत काम च नहीं पैना लालच च नहीं आना ठीक है जी 43 दिन लगातार नीले जा जामनी कलर के फुल जमीन दे विच दवाने ठीक है जी घर दे विच जिथों भी कोई जगह टुटी हुई है हाँ जी बनेरा या थड़ी हाँ जी उन्हों रिपेयर करा देना ठीक है जी सूरज नु जल देना ठीक है सवेरे उठ के मुंह नु मिठा लाना हाँ जी रब अगे दुआ करनी कि मैं चंगे काम करा मैं माड़े पासे ना जावा ठीक है जी ते एक धार्मिक स्थान ते चिट्टी जी दा हर शुक्रवार दान दिंदे रहना एक साल हाँ जी किन्ने चिर बाद एक साल दिंदे रहना हर महीने ठीक है जी चिट्टी जी दा दान खंड होवे ठीक है जी ते तुहाडे बारे न्यारे होने शुरू हो जाने हाँ जी गां दे दुद्ध दा घर च छिट्टा देना ठीक है जी सप कदे नहीं मारना ठीक है जी जय श्री राम हेलो हेलो हाँ जी पंडित राम 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 जी 23/8/1995 23/8/1995 जन्म दा टाइम 5 to 5:30 बजे 5 to 5:30 बजे ਕਿਹਦਾ ਪੁੱਛਣਾ ਅੱਜ ਆਪਣੀ ਬਾਰੇ ਪੁੱਛਣਾ ਅੱਛਾ ਕੀ ਪੁੱਛਣਾ ਹੁਣ ਤੇਰੀ ਬਾਰੇ ਕੀ ਅੱਗੇ ਜੋ ਹੋਏਗਾ ਪੜ੍ਹਾਈ ਦਾ ਜਾਂ ਨਹੀਂ ਇੱਕ ਤਾਂ ਸਭ ਤੋਂ ਪਹਿਲੇ ਨੰਬਰ ਤੇ ਇਹ ਹੈ ਕਿ ਤੇਰਾ ਜਿਹੜਾ ਹਿਸਾਬ ਕਿਤਾਬ ਹੈਗਾ
ਇੱਕ ਤਾਂ ਬੋਲਦੀ ਜ਼ਿਆਦਾ, ਇੱਕ ਕਿਸੇ ਦੀ ਗੱਲ ਘੱਟ ਮੰਨਦੀ ਹੈ। ਹਾਂਜੀ। ਸੁੱਤੇ ਪਏ ਮੂੰਹ ਜਾਂ ਅੱਖਾਂ ਖੁੱਲੀਆਂ ਹੁੰਦੀਆਂ। ਹਾਂਜੀ। ਤੇ ਇੱਕ ਗੁੱਸਾ ਬਹੁਤ ਆਉਂਦਾ, ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਬੜੀ ਜਲਦੀ ਲੈ ਜਾਂਦੀ ਹੈ। ਹਾਂਜੀ। ਸਭ ਤੋਂ ਪਹਿਲੇ ਨੰਬਰ ਤੇ ਜਦੋਂ ਕਿਸੇ ਬੱਚੇ ਨੇ ਪੜ੍ਹਨਾ ਹੋਵੇ, ਹਾਂਜੀ, ਉਹਨੂੰ ਆਪਦਾ ਵਾਤਾਵਰਨ ਠੀਕ ਰੱਖਣਾ ਪੈਂਦਾ ਤਾਂ ਬੱਚਾ ਪੜ੍ਹਦਾ ਹੈ। ਹਾਂਜੀ। ਇੱਕ ਤਾਂ ਆਪਦਾ ਹਿਸਾਬ ਤਾਂ ਆਪਦੀ ਬਦਨਾਮੀ ਤੋਂ ਦੂਰ ਰਹਿਣਾ। ਹਾਂਜੀ। ਇੱਕ ਤੇਰਾ ਹੁਣ ਪੜ੍ਹਾਈ ਨੂੰ 2 ਮਹੀਨੇ ਹੋ ਗਏ, ਮਨ ਨੀ ਕਰਦਾ ਪਿਆ। ਪਹਿਲੇ ਤੇਰਾ ਪੜ੍ਹਾਈ ਨੂੰ ਦਿਲ ਚੰਗਾ ਲੱਗਦਾ ਸੀਗਾ। ਹਾਂਜੀ। ਜਿੰਨੇ ਵੀ ਕੰਮ ਕਰਦੀਆਂ ਕੋਈ ਚੀਜ਼ ਰੱਖਦੀਆਂ ਜ਼ੋਰ ਨਾਲ ਰੱਖਦੀਆਂ, ਠੁੱਡੇ ਜ਼ਿਆਦਾ ਵੱਜਣ ਲੱਗ ਗਏ। ਹਾਂਜੀ, ਵੱਜਦੇ। ਰਾਤ ਨੂੰ ਅੱਧੀ ਰਾਤ ਨੂੰ ਨੀਂਦ ਟੁੱਟਣ ਲੱਗ ਗਈ। ਹਾਂਜੀ। ਤੇ ਹਰੇਕ ਘਰਦਿਆਂ ਨੂੰ ਕੁਛ ਨਾ ਕੁਛ ਗੱਲ ਦੇ ਵਿੱਚ ਝੂਠ ਬੋਲਣਾ।